ਬਿਸਮਿਲ੍ਲਾਹਿਰ੍ਰਹ੍ਮਾਨਿਰ੍ਰਹੀਮ। ਲਓ ਜੀ, ਤੁਹਾਨੂੰ ਦੱਸਦੇ ਹਾਂ ਕਿ ਅੱਜ 100 ਕੈਮਰਿਆਂ ਦੀ ਜਿਹੜੀ ਕੈਰਟ 6 ਕੇਬਲ ਹੈ ਉਹਨੂੰ ਟਰੈਸਿੰਗ ਕਿਸ ਤਰ੍ਹਾਂ ਕਰੀ ਦੀ ਹੈ। ਜਿਸ ਤਰ੍ਹਾਂ ਕਿ ਤੁਸੀਂ ਦੇਖ ਰਹੇ ਹੋ ਕਿ ਟਰੰਕਿੰਗ ਲੱਗੀ ਹੋਈ ਹੈ ਪੂਰੇ ਡਾਟਾ ਰੂਮ ਦੇ ਵਿੱਚ, ਫਿਰ ਉਸ ਤੋਂ ਬਾਅਦ ਥੱਲੇ ਡਰਾਪਿੰਗ ਹੋ ਰਹੀ ਹੈ। ਡਰਾਪਿੰਗ ਤੋਂ ਬਾਅਦ ਥੱਲੇ ਰਾਈਸ ਫਲੋਰ ਲੱਗਾ ਹੋਇਆ ਵਾ, ਕੇਬਲਾਂ ਥੱਲੇ ਚਲੀਆਂ ਗਈਆਂ। ਫਿਰ ਇਸ ਤਰ੍ਹਾਂ ਹੋਲ ਮਾਰ ਕੇ ਰਾਈਜ਼ਿੰਗ ਫਲੋਰ ਦੇ ਵਿੱਚ ਡਾਟਾ ਰੈਕ ਦੇ ਵਿੱਚ ਲੈ ਕੇ ਆਏ। ਲੈ ਕੇ ਆ ਕੇ ਇਹ ਦੇਖੋ ਜੀ, ਸਾਰੀ ਤੁਹਾਡੇ ਤੁਸੀਂ ਦੇਖ ਰਹੇ ਹੋ ਕੈਟ 6 ਦੀਆਂ ਕੇਬਲਾਂ, ਤਕਰੀਬਨ 60 ਕੇਬਲਾਂ ਨੇ ਅਤੇ ਕੁਛ 4-5 ਕੈਟ 6 ਇਹਦੀਆਂ ਨੇ, ਵਿੱਚੋਂ ਆ ਇੱਕ ਫਾਈਬਰ ਦੀ ਹੈ। ਇਹ ਇਹਨਾਂ ਦੀ ਪਾਵਰ ਜਾ ਰਹੀ ਹੈ ਵੀਡੀਓ ਦੇ ਵਿੱਚ, ਉਹਨਾਂ ਦੀ ਡਰੈਸਿੰਗ ਅਸੀਂ ਕੀਤੀ ਹੋਈ ਹੈ। ਠੀਕ ਹੈ ਜੀ, ਸਾਫ਼ ਸੁਥਰੀ ਡਰੈਸਿੰਗ ਹੋਣੀ ਚਾਹੀਦੀ। ਇਹ ਵੀਡੀਓ ਤੁਹਾਡਾ ਲੱਗਾ ਹੋਇਆ, ਇਸ ਤਰ੍ਹਾਂ ਹਾਂ ਉੱਤੇ ਆਉਣੀ ਚਾਹੀਦੀ ਹੈ। ਉੱਤੇ ਆ ਕੇ ਲੂਫੇ ਬਣਾ ਕੇ ਇਹਨਾਂ ਨੂੰ ਬੜੀ ਹੀ ਤਰਤੀਬ ਦੇ ਨਾਲ ਜਿੱਧਰ ਜਿੱਧਰ ਆ ਰਹੀਆਂ ਉੱਧਰ ਉੱਧਰ ਪੈਸ਼ਕੋਟ ਦੇ ਵਿੱਚ ਲਗਾ ਦੇਣੀਆਂ। ਹਾਂਜੀ, ਕੋਸ਼ਿਸ਼ ਕਰ ਰਹੀ ਹਾਂ ਕਿ ਗੁੰਝਲ ਨਾ ਪੈਣ, ਟਾਈਆਂ ਪ੍ਰੋਪਰ ਲੱਗੀਆਂ ਹੋਣ ਤਾਂ ਕਿ ਕੰਮ ਸਾਫ਼ ਸੁਥਰਾ ਹੋਏ। ਇਹ ਮੁਖਤਸਰ ਤੁਸੀਂ ਦੇਖ ਲਓਗੇ, ਉੱਤੇ ਫਾਈਬਰ ਦੀ ਕੇਬਲ ਪਈ ਹੋਈ ਹੈ, ਫਾਈਬਰ ਦਾ ਪੈਚ ਪੈਨਲ ਲੱਗਾ ਹੋਇਆ ਵਾ, ਇਹਦੇ 'ਚ ਇਹਦੀ ਟਰਮੀਨੇਸ਼ਨ ਹੋ ਜਾਏਗੀ। UTP 'ਤੇ ਅਸੀਂ ਕੈਟ 6 ਹੈ ਜਿਹੜੀ ਆ ਉੱਥੇ ਲਾ ਹੀ ਦਿੱਤੀ ਹੈ, ਠੀਕ ਹੋ ਗਿਆ ਜੀ। ਇਹ ਅਰੂਬਾ ਦਾ ਸਵਿੱਚ ਹੈਗਾ ਵਾ, ਪਹਿਲੇ ਸਿਸਕੋ ਦਾ ਸਵਿੱਚ ਆਉਂਦਾ ਹੁੰਦਾ ਸੀ, ਹੁਣ ਅਰੂਬਾ ਦਾ ਸਵਿੱਚ ਆ ਰਿਹਾ, ਕਿਉਂਕਿ ਕੇਬਲਾਂ ਸਾਡੇ ਕੋਲ ਜ਼ਿਆਦਾ ਨੇ ਅਤੇ 200 'ਚ ਜਿਹੜੇ ਨੇ 48 ਪੋਰਟ ਦੇ ਲਗਾਏ ਨੇ। ਉਸ ਤੋਂ ਬਾਅਦ ਜੀ ਇਹ 2 DVR ਹੈਗੇ ਨੇ, ਐਕਸਵਿਜ਼ਨ ਕੈਮਰੇ ਜਿਹੜੇ ਨੇ ਉਹ ਇੰਸਟਾਲੇਸ਼ਨ ਹੋਣਗੇ, ਠੀਕ ਹੈ ਜੀ। ਉਸ ਤੋਂ ਬਾਅਦ ਇਹ ਸਾਊਂਡ ਸਿਸਟਮ ਹੈਗਾ ਬੋਸ ਦਾ, ਔਰ ਮੇਨ ਚੀਜ਼ ਹੈ ਜਿਹੜੀ ਕੈਟ 6 ਕੇਬਲ ਜਿਹੜੀ ਹੈਗੀ ਹੈ ਉਹਦੀ ਡਰੈਸਿੰਗ ਤੁਹਾਨੂੰ ਦਿਖਾਉਣੀ ਸੀ, ਕਿਸ ਤਰ੍ਹਾਂ ਅੱਛੇ ਤਰੀਕੇ ਦੇ ਨਾਲ ਡਰੈਸਿੰਗ ਹੋਈ ਹੈ। ਔਰ ਰੈਕ ਦੇ ਵਿੱਚ ਟਰਮੀਨੇਸ਼ਨ ਹੋਈ ਹੋਈ ਹੈ ਥੱਲੋਂ ਲੈ ਕੇ ਉੱਤੋਂ ਤੱਕ।